ਇਹ ਸੈਸ਼ਨ ਸਾਡਾ ਸਭ ਤੋਂ ਖਾਸ ਹੋਣ ਵਾਲਾ, ਕਿਉਂਕਿ ਇਹਨੇ ਸਾਨੂੰ ਬਹੁਤ ਕੁਝ ਸਿਖਾਉਣਾ। ਬੰਦਾ ਸਰੀਰ ਤੋਂ ਅਪਾਹਜ ਨਹੀਂ ਹੁੰਦਾ, ਪਰ ਅਸੀਂ ਮਾਨਸਿਕ ਅਪਾਹਜ ਹੈਗੇ ਹਾਂ, ਇਹ ਸਾਨੂੰ ਮੰਨਣਾ ਪੈਣਾ। ਅਤੇ ਇਸ ਸੈਸ਼ਨ ਦੇ ਵਿੱਚ ਜਿਹੜੇ ਮੇਰੇ ਨਾਲ ਬੈਠੇ ਨੇ ਉਹ ਆਪਣੇ ਆਪਣੇ ਖਿੱਤੇ ਦੇ ਮਾਹਰ ਨੇ। ਅਸੀਂ ਉਹ ਲੋਕ ਹਾਂ ਕਿ ਜਿਸ ਨੂੰ ਸਾਰੇ ਪਾਸੇ ਸੰਪੂਰਨਤਾ ਹੋਣ ਦੇ ਬਾਵਜੂਦ ਅਸੀਂ ਬਹਾਨੇ ਲੱਭਦੇ ਹਾਂ ਕਿ ਮੈਂ ਆਹ ਨਹੀਂ ਕਰ ਸਕਦਾ, ਮੈਂ ਉਹ ਨਹੀਂ ਕਰ ਸਕਦਾ। ਪਰ ਇਹ ਉਹ ਨੇ ਜਿਨ੍ਹਾਂ ਨੇ ਮਤਲਬ ਹਿਮਾਲਿਆ ਨੂੰ ਵੀ ਜਿੱਤਿਆ ਹੋਇਆ। ਸੋ ਇਹਨਾਂ ਦੇ ਲਈ ਇੱਕ ਵਾਰ ਤਾੜੀਆਂ ਮਾਰਦੇ ਹੋਇਆਂ ਆਪਾਂ ਚਰਚਾ ਸ਼ੁਰੂ ਕਰਾਂਗੇ। ਮੇਰੇ ਨਾਲ ਨਵਜੋਤ ਸਿੰਘ ਜੀ, ਸ਼ਿਵ ਕੁਮਾਰ ਸ਼ਰਮਾ ਜੀ, ਅਤੇ ਉਸ ਤੋਂ ਬਾਅਦ ਚੇਤਨਿਆ ਮੁਕੰਦ ਜੀ, ਜਗਵਿੰਦਰ ਸਿੰਘ ਜੀ। ਇਹ ਚਾਰਾਂ ਨੂੰ ਜਦੋਂ ਮੈਂ ਦੇਖਦਾ ਤਾਂ ਸਭ ਤੋਂ ਪਹਿਲਾਂ ਮੈਂ ਨਵਜੋਤ ਹੋਰਾਂ ਕੋਲ ਆਉਣਾ ਚਾਹੁੰਦਾ, ਮਿਊਜ਼ਿਕ ਬਣਾਉਣਾ। ਜਦੋਂ ਇਹ ਇਸ ਲਾਈਨ ਨੂੰ ਚੁਣਦੇ ਹਾਂ ਤਦ ਉਸ ਸਮੇਂ ਤੁਹਾਡੇ ਮਿਊਜ਼ਿਕ ਬਣਾਉਣ ਦੇ ਦੌਰਾਨ ਤੁਹਾਡੇ ਜ਼ਿਹਨ 'ਚ ਕਿਵੇਂ ਖਿਆਲ ਆਉਂਦੇ ਨੇ, ਕਿਵੇਂ ਤੁਹਾਡੇ ਕੋਲੋਂ ਕੋਈ ਕੰਮ ਲੈਣ ਲਈ ਸੁਨੇਹਾ ਆਉਂਦਾ, ਫਿਰ ਉਸਦੀ ਬਾਜ਼ਾਰ ਦੇ ਵਿੱਚ ਮੁੱਲ ਕੀ ਪਾਇਆ ਜਾਂਦਾ, ਕਿ ਜੋ ਉਸ ਚੀਜ਼ ਦਾ ਮੁੱਲ ਬਣਦਾ ਉਹ ਮਿਲਦਾ ਹੈ ਕਿ ਜਾਂ ਉਸ ਦੇ ਵਿੱਚ ਵੀ ਸਮਝੌਤੇ ਹੁੰਦੇ ਨੇ। ਸੋ ਮੈਂ ਇਹਨਾਂ ਚੈਲੰਜਾਂ ਤੋਂ ਹੀ ਗੱਲ ਸ਼ੁਰੂ ਕਰਨੀ ਚਾਹੁੰਦਾ। ਨਵਜੋਤ ਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਵਜੋਤ। ਸੋ ਭਾਜੀ ਦਾ ਕੁਸ਼ਚਨ ਬੜਾ ਹੀ ਜੈਨੂਇਨ। ਸਭ ਤੋਂ ਵੱਡੀ ਗੱਲ ਤਾਂ ਇਹ ਜੀ, ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਸਭ ਕੁਛ ਡਿਪੈਂਡ ਹੀ ਸੋਸ਼ਲ ਮੀਡੀਆ 'ਤੇ ਹੋ ਗਿਆ। ਸੋ ਜੋ ਵੀ ਸਾਰੇ ਤੁਹਾਡੇ ਨਾਲ ਲੋਕ ਜੁੜਦੇ ਨੇ, ਕਨੈਕਟ ਕਰਦੇ ਨੇ ਇੰਸਟਾਗ੍ਰਾਮ, ਯੂਟਿਊਬ ਅਤੇ ਫੇਸਬੁੱਕ ਵਗੈਰਾ, ਅਤੇ ਇੱਧਰੋਂ ਹੀ। ਦੂਜੀ ਗੱਲ ਭਾਜੀ, ਲੋਕ ਤੁਹਾਨੂੰ ਕੀ ਦਿੰਦੇ ਨੇ, ਕੀ ਦੇਣਗੇ, ਮੈਂ ਇਹਦੀ ਪਰਵਾਹ ਨਹੀਂ ਕਰਦਾ। ਮੈਨੂੰ ਮਤਲਬ ਸਿਰਫ ਆਪਣੇ ਕੰਮ ਨਾਲ ਹੈ। ਸੋ ਮੈਂ ਆਪਣੇ ਆਪਣੇ ਕੋਲੋਂ ਬੈਸਟ ਦਿੰਦਾ, ਅਗਲਾ ਉਹਨੂੰ ਕਿੱਦਾਂ ਕੰਸੀਡਰ ਕਰਦਾ ਮੈਨੂੰ ਇਹਦੀ ਕੋਈ ਪਰਵਾਹ ਨਹੀਂ। ਸੋ ਮੈਂ ਤਾਂ ਇਹ ਬੋਲਦਾ ਕਿ ਆਪਣੇ ਕੋਲੋਂ ਬੈਸਟ ਦਿਓ, ਅਗਰ ਉਹਦੇ ਕੀ ਰਿਜ਼ਲਟਸ ਹੋਣਗੇ ਜਾਂ ਕੀ ਆਉਣੇ ਨੇ, ਆਪਾਂ ਇਹਦੀ ਪਰਵਾਹ ਨਾ ਕਰੀਏ। ਸੋ ਕਈ ਲੋਕ ਤੁਹਾਨੂੰ ਅੰਡਰਐਸਟੀਮੇਟ ਵੀ ਕਰਦੇ ਨੇ, ਅਤੇ ਇਹ ਹੁੰਦਾ ਹੀ ਹੈ, ਇਹ ਹੁੰਦਾ ਰਹਿਣਾ ਵੀ ਜਦ ਤੱਕ ਆਪਾਂ ਕੰਮ ਕਰਦੇ ਹਾਂ। ਸੋ ਬਹੁਤ ਲੋਕ ਬਹੁਤ ਜਗ੍ਹਾ ਤੋਂ ਤੁਹਾਨੂੰ ਰਿਜੈਕਸ਼ਨ ਮਿਲਦੀ ਹੈ, ਬਟ ਕਹਿਣਾ ਕਿ ਆਪਣਾ ਤੁਹਾਨੂੰ ਪੈਸ਼ਨ ਅਤੇ ਤੁਹਾਨੂੰ ਆਪਣਾ ਜ਼ੋਨ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਕਰਨਾ, ਤੁਹਾਨੂੰ ਗੋਲ ਪਤਾ ਹੋਣਾ ਚਾਹੀਦਾ ਕਿ ਮੈਂ ਇਸ ਸੌਂਗ ਨੂੰ ਕਿੱਦਾਂ ਬਣਾਉਣਾ, ਅਤੇ ਮੈਂ ਇਹਦੀ ਵਿਜ਼ੂਅਲਾਈਜੇਸ਼ਨ ਜੋ ਕੀਤੀ ਹੈ ਤੋਂ ਕੀ ਕੀਤੀ ਹੈ। ਸੋ ਜਦੋਂ ਆਪਾਂ ਬਣਾਉਂਦੇ ਹਾਂ ਸਰ, ਮੈਂ ਤਾਂ ਬਿਲਕੁਲ ਮੈਂ ਡਿਪੈਂਡ ਹੀ ਸਭ ਕੁਝ ਸਟੂਡੈਂਟ 'ਤੇ, ਐਕਸੈਸੀਬਿਲਿਟੀ 'ਤੇ। ਜਿਵੇਂ ਲੋਕ ਹੋਰ ਲੋਕ ਦੇਖ ਕੇ ਕੰਮ ਕਰਦੇ ਨੇ, ਮੈਂ ਸੁਣ ਕੇ ਕੰਮ ਕਰਦਾ, ਅਤੇ ਚੈਲੰਜਸ ਹੁੰਦੇ ਨੇ, ਬਟ ਆਪਾਂ ਨੂੰ ਆਰਾਮ ਨਾਲ ਹੱਸਦੇ ਹੱਸਦੇ ਫੇਸ ਕਰ ਲਈਦਾ, ਫੇਸ ਕਰ ਲਈਦਾ। ਬਸ ਇਹੀ ਹੈ ਕਿ ਅਸੀਂ ਹੱਸਦੇ ਹੋਏ ਮੁਸ਼ਕਲਾਂ ਨੂੰ ਫੇਸ ਕਰਦੇ ਹਾਂ ਕਿ ਜਾਂ ਅਸੀਂ ਰੋਕ ਕੇ ਫੇਸ ਕਰਦੇ ਹਾਂ, ਇਹ ਸਵਾਲ ਹੈ। ਅਤੇ ਇੱਥੋਂ ਇਹੀ ਮਿਲਦਾ ਕਿ ਕੁਛ ਹੋਵੇ, ਕੁਛ ਵੀ ਮੁਸ਼ਕਲ ਨਹੀਂ ਹੈ। ਸੋ ਬਹੁਤ ਸ਼ੁਕਰੀਆ ਜੀ, ਲਓ ਮੈਂ ਹੁਣ ਜਗਵਿੰਦਰ ਜੀ ਉਹਨਾਂ ਕੋਲ ਆਉਣਾ ਚਾਹੁੰਦਾ। ਜਗਵਿੰਦਰ ਹੋਰੀ ਸਾਈਕਲ ਚਲਾਉਂਦੇ ਨੇ ਅਤੇ ਉਸਦੇ ਲਈ ਜਾਣੇ ਜਾਂਦੇ ਨੇ, ਪਰ ਉਹਦੇ ਨਾਲੋਂ ਵੀ ਖਾਸ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ, ਉਹ ਇਹ ਬਣਾਉਂਦੇ ਨੇ। ਅੱਗੇ ਮਾਰ ਲਓ ਪਹਿਲਾਂ, ਹੁਣ ਮੈਂ ਅਗਲੀ ਗੱਲ ਦੱਸਦਾ ਕਿ ਇਹ ਪੇਂਟਿੰਗ ਪੈਰਾਂ ਨਾਲ ਬਣਾਈ ਹੋਈ ਹੈ ਜਗਵਿੰਦਰ ਜੀ। ਆਹ ਜਿਹੜੀ ਅੰਦਰ ਛੁਪੀ ਕਲਾਕਾਰੀ ਹੈ ਜਗਵਿੰਦਰ ਵੀਰ, ਜਦੋਂ ਚਾਹੇ ਸਾਈਕਲ ਦੇ ਨਾਲ ਹੋਵੇ ਚਾਹੇ ਪੇਂਟਿੰਗ ਦੇ ਨਾਲ ਹੋਵੇ, ਜਦੋਂ ਇਹ ਸਮਾਜ 'ਚ ਲੈ ਕੇ ਜਾਂਦੇ ਹੋ ਤਦ ਇਸ ਕਲਾਕਾਰੀ ਨੂੰ ਤੁਹਾਡੀ ਹਿੰਮਤ ਨੂੰ ਵਾਹਵਾ ਮਿਲਦੀ ਹੈ ਜਾਂ ਤਰਸ ਲੋਕ ਵੱਧ ਕਰਦੇ ਆ, ਕਿ ਤਰਸ ਵਾਲੀ ਭਾਵਨਾ ਹਾਵੀ ਹੁੰਦੀ ਹੈ ਕਈ ਵਾਰ?
ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਮਤਲਬ ਮੈਂ ਇਸ ਚੀਜ਼ ਨੂੰ ਜੋ ਡਿਸੇਬਿਲਿਟੀ ਜਾਂ ਕਹਿ ਲਓ ਜਾਂ ਡਿਫਰੈਂਟ ਏਬਲਡ ਪਰਸਨ ਜਿੰਨੇ ਵੀ ਹੈਗੇ ਆ, ਮੈਂ ਪਹਿਲੀ ਗੱਲ ਤਾਂ ਉਹ ਸਾਰੇ ਜਿੰਨੇ ਵੀ ਇਸ ਪ੍ਰੋਗਰਾਮ ਦੇ ਥਰੂ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੂੰਗਾ ਕਿ ਉਹ ਕਦੀ ਵੀ ਆਪਣੇ ਆਪ ਨੂੰ ਘਰ ਨਾ ਰੱਖਣ, ਖਾਸ ਕਰਕੇ ਸੁਸਾਇਟੀ ਕਰਕੇ, ਕਿਉਂਕਿ ਅਸੀਂ ਸੁਸਾਇਟੀ ਦਾ ਹਿੱਸਾ ਹੈ ਜ਼ਰੂਰ ਆ, ਸਾਨੂੰ ਦਿਵਿਆਂਗ ਜਾਂ ਸੁਪਰ ਸਿੰਪਲ ਇੱਦਾਂ ਦੇ ਕਾਫ਼ੀ ਨਾਮ ਦਿੱਤੇ ਜ਼ਰੂਰ ਜਾਂਦੇ ਆ, ਪਰ ਸਮਾਜ ਦਾ ਹਿੱਸਾ ਹੁੰਦੇ ਹੋਏ ਸਾਨੂੰ ਸਮਾਜ ਦਾ ਕਈ ਥਾਵਾਂ 'ਤੇ ਹਿੱਸਾ ਸਮਝਿਆ ਨਹੀਂ ਜਾਂਦਾ ਹੈਗਾ ਵੀ ਤਰਸ ਦੇ ਆਧਾਰ 'ਤੇ ਉਸ ਚੀਜ਼ ਨੂੰ ਦੇਖਿਆ ਜਾਂਦਾ ਜਾਂ ਕਿਵੇਂ, ਕਿਉਂਕਿ ਹੁਣ ਤੱਕ ਡਰਾਇੰਗ ਪੇਂਟਿੰਗ ਦੇ ਵਿੱਚ ਮੇਰੇ ਕੋਲ 8-9 ਮੈਡਲਸ ਆ, ਸਾਈਕਲਿੰਗ ਦੇ ਵਿੱਚ ਹੈਗੇ ਆ, ਸੋ ਅਗਰ ਮੈਨੂੰ ਪਹਿਲਾਂ ਲੱਗਦਾ ਸੀ ਕਿ ਮੇਰੀ ਪੇਂਟਿੰਗ ਨੂੰ ਤਰਸ ਦੇ ਆਧਾਰ 'ਤੇ ਵਧੀਆ ਸਮਝਿਆ ਜਾਂਦਾ, ਅਗਰ ਇੱਦਾਂ ਦਾ ਕੁਛ ਹੁੰਦਾ ਤਾਂ ਜਦੋਂ ਮੈਂ ਆਰਟ ਐਂਡ ਕਰਾਫਟ ਦਾ ਡਿਪਲੋਮਾ ਕੀਤਾ ਸੀਗਾ, ਮੈਂ ਮਤਲਬ ਮੈਨੂੰ ਕਿਤੇ ਰੁਜ਼ਗਾਰ ਨਹੀਂ ਸੀ ਮਿਲਿਆ, ਮੈਨੂੰ ਕੋਈ ਵੀ ਸਕੂਲ ਰੱਖ ਨਹੀਂ ਸੀ ਰਿਹਾ ਹੈਗਾ, ਸੋ ਉਹ ਉਦੋਂ ਮੈਂ ਚਾਹੁੰਦਾ ਸੀ ਕਿ ਮੈਂ ਜੋ ਆਈ ਟੀ ਆਈ ਦੇ ਟਾਈਮ ਜੋ ਪੇਂਟਿੰਗਸ ਬਣਾਈਆਂ ਨੇ ਉਹ ਪੇਂਟਿੰਗਸ ਮੇਰੀਆਂ ਕੋਈ ਨਾ ਕੋਈ ਲੈ ਲਏ ਤਾਂ ਜੋ ਮੇਰਾ ਜੋ ਥੋੜ੍ਹਾ ਬਹੁਤ ਡਾਇਟ ਦਾ ਜਾਂ ਜੋ ਵੀ ਹੈਗਾ ਉਹ ਚੱਲ ਜਾਵੇ, ਪਰ ਕੋਈ ਵੀ 1,000-500 ਤੱਕ ਲੈਣ ਦੇ ਲਈ ਸੀਗਾ, ਜਦਕਿ ਉਹ ਉੱਦਾਂ ਨਹੀਂ ਹੈਗਾ, ਉਹਦੀ ਹਰੇਕ ਪੇਂਟਿੰਗ ਦੀ ਮੇਰੀ ਇੱਕ ਆਪਦੀ ਵੈਲਿਊ ਹੁੰਦੀ ਹੈ, ਹਰੇਕ ਜਿੰਨੇ ਵੀ ਸਾਰੇ ਹਰੇਕ ਜਿੰਨਾ ਵੀ ਪਰਸਨ ਜੋ ਵੀ ਵਰਕ ਕਰ ਰਿਹਾ ਉਹਦੀ ਹਰੇਕ ਦੀ ਵੈਲਿਊ ਚੀਜ਼ ਹੈਗੀ ਆ, ਸੋ ਉਹ ਜਦੋਂ ਤੁਹਾਨੂੰ ਨਹੀਂ ਮਿਲਦੀ ਤਾਂ ਮੈਂ ਪਿੱਛੇ ਹਟ ਜਾਂਦਾ, ਅਤੇ ਹੁਣ 10-12 ਸਾਲਾਂ ਬਾਅਦ 6-7 ਸਾਲਾਂ ਬਾਅਦ ਇਹੀ ਪੇਂਟਿੰਗ ਮਤਲਬ 15,000-40,000-50,000 ਤੱਕ ਲੱਗਦੇ ਆ, ਸੋ ਇਹ ਜਿਹੜਾ ਪੀਸ ਦੇਖ ਰਹੇ ਹੋ ਮੈਂ ਸੋਰੀ ਇਹ ਪੇਂਟਿੰਗ ਪਲੀਜ਼ ਪੜ੍ਹਿਓ ਤੁਸੀਂ, ਮੈਂ ਇੱਕ ਚੀਜ਼ ਜ਼ਰੂਰ ਦੱਸਣਾ ਚਾਹੂੰਗਾ, ਇਹ 2011 ਦੇ ਵਿੱਚ ਬਣਾਈ ਸੀ ਮੈਂ ਆਈ ਟੀ ਦੇ ਟਾਈਮ, ਇਹ ਪੀਸ ਨੂੰ ਮੈਂ ਕੋਈ ਟਾਈਮ ਸੀ 2014 ਦੇ ਵਿੱਚ ਜਦੋਂ ਮੈਂ ਕਿਤੇ ਵੀ ਕੁਛ ਵੀ ਨਹੀਂ ਸੀ ਹੈਗਾ, ਸਿਰਫ ਇੱਕ ਆਰਟਿਸਟ ਸੀਗਾ ਫੋਟ ਆਰਟਿਸਟ, ਸੋ ਇਹ ਪੇਂਟਿੰਗ ਨੂੰ ਮੈਂ 2-3,000 ਤੱਕ ਵੀ ਵੇਚਣ ਦੀ ਮਜਬੂਰੀ ਦੇ ਵਿੱਚ ਕੋਸ਼ਿਸ਼ ਕੀਤੀ ਆ, ਪਰ ਕਿਸੇ ਨੇ ਉਹਨੇ ਦੇ ਵਿੱਚ ਵੀ ਨਹੀਂ ਲਈ, ਪਰ ਸਿੰਗਾਪੁਰ ਐਗਜੀਬਿਸ਼ਨ ਦੇ ਵਿੱਚ ਇਹ ਪੇਂਟਿੰਗ 1,20,000 ਤੱਕ ਦਾ ਵੀ ਸੇਲ ਕੀਤਾ, ਕਿਉਂਕਿ ਮੈਨੂੰ ਪਹਿਲਾਂ ਦਾ ਮੇਰੇ ਵਿਜ਼ਨ ਅਤੇ ਹੁਣ ਦੇ ਵਿਜ਼ਨ ਦੇ ਵਿੱਚ ਬਹੁਤ ਫਰਕ ਹੈ, ਕਿਉਂਕਿ ਇਹ ਪੇਂਟਿੰਗ ਦੇ ਵਿੱਚ ਮੈਂ ਇੱਕ ਛੋਟੀ ਜਿਹੀ ਗੱਲ 10 ਸੈਕਿੰਡ ਦੇ ਵਿੱਚ ਕਹਿਣਾ ਚਾਹੂੰਗਾ ਕਿ ਤੁਸੀਂ ਦੇਖ ਰਹੇ ਹੋ ਇੱਕ ਦਰਵਾਜ਼ਾ, ਉਹਦੇ ਪਿੱਛੇ ਅਸਮਾਨ ਹੈ, ਸਾਈਡਾਂ 'ਤੇ ਵਾਇਰਿੰਗ ਹੈ, ਝਾੜੀਆਂ ਨੇ, ਇੱਕ ਰਸਤਾ ਹੈ, ਅਤੇ ਜੋ ਦਰਵਾਜ਼ਾ ਉਸ ਤੋਂ ਬਾਅਦ ਕੁਛ ਨਹੀਂ ਹੈਗਾ, ਇਹਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਸਾਡੀ ਲਾਈਫ ਦੇ ਵਿੱਚ ਰਸਤੇ ਦੇ ਵਿੱਚ ਹਰਡਲਸ ਜ਼ਰੂਰ ਆਉਂਦੇ ਆ, ਪ੍ਰੋਬਲਮਸ ਜ਼ਰੂਰ ਆਉਂਦੀਆਂ, ਪਰ ਸਾਨੂੰ ਕਦੀ ਕਦੀ ਜ਼ਿੰਦਗੀ 'ਚ ਲੱਗਦਾ ਹੈ ਕਿ ਯਾਰ ਸਾਡੀ ਜ਼ਿੰਦਗੀ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ, ਪਰ ਇਹ ਡੋਰ ਨੂੰ ਲੋਕ ਨਹੀਂ ਲੱਗਿਆ ਹੋਇਆ, ਸਾਨੂੰ ਲੱਗਦਾ ਜ਼ਰੂਰ ਹੈ ਕਿ ਬੰਦ ਹੋ ਗਏ ਪਰ ਉਹਨੂੰ ਲੋਕ ਨਹੀਂ ਲੱਗਿਆ ਹੋਇਆ, ਤੁਸੀਂ ਇਹ ਸਟਰਗਲ ਦੇ ਰਸਤੇ 'ਤੇ ਮਿਹਨਤ ਦੇ ਰਸਤੇ 'ਤੇ ਚੱਲ ਕੇ ਅਤੇ ਤੁਸੀਂ ਆਪਦਾ ਜਿਹੜਾ ਮੰਜ਼ਿਲ ਆਪਦਾ ਡ੍ਰੀਮ ਹੈ ਤੁਹਾਡਾ ਸੁਪਨਾ ਉਹਨੂੰ ਅਚੀਵ ਕਰ ਸਕਦੇ ਹੋ, ਸੋ ਗੁਰਬਾਣੀ ਤੋਂ ਮੈਂ ਬਹੁਤ ਕੁਛ ਸਿੱਖਿਆ, ਉਹਦੇ ਵਿੱਚ ਵੀ ਹੈਗਾ ਕਿ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ, ਸੋ ਪਰ ਮੈਂ ਗੁਰੂ ਸਾਹਿਬ ਜੀ ਨੂੰ ਇੱਕੋ ਹੀ ਪੁੱਛਿਆ ਕਿ ਮੇਰੇ ਤਾਂ ਹੱਥ ਹੈ ਨਹੀਂ ਗੇ, ਸੋ ਪਰ ਗੁਰੂ ਸਾਹਿਬ ਨੇ ਜਿਵੇਂ ਕਹਿ ਲਓ ਕਿ ਦਿਲ ਦੇ ਅੰਦਰੋਂ ਉਹਨਾਂ ਨੇ ਕਿਹਾ ਕਿ ਤੇਰੇ ਹੱਥਾਂ ਦੀ ਮਿੱਟੀ ਮੈਂ ਤੇਰੇ ਪੈਰਾਂ ਨੂੰ ਲਾ ਕੇ ਭੇਜੀ ਆ, ਤੂੰ ਜਿੱਥੇ ਤੱਕ ਭੱਜ ਸਕਦਾ ਜਿੱਥੇ ਤੱਕ ਜਾ ਸਕਦਾ ਜਿੰਨੀ ਦੂਰੀ ਕਵਰ ਕਰ ਸਕਦਾ ਮੈਂ ਤੇਰੇ ਨਾਲ ਉਹਨੂੰ ਚੱਲੀ ਜਾਂਦਾ, ਅਤੇ ਉਹੀ ਚੀਜ਼ ਲੈ ਕੇ ਬਸ ਤੁਰ ਰਹੇ ਹਾਂ, ਅਤੇ ਮੈਂ ਥੈਂਕਸ ਕਰਦਾ ਸਿੱਖ ਲੈਵਲ ਦੀ ਪੂਰੀ ਟੀਮ ਦਾ, ਕਿਉਂਕਿ ਬਹੁਤ ਸਾਰੇ ਇਵੈਂਟਸ ਮੈਂ ਹੁਣ ਮੋਟੀਵੇਸ਼ਨ ਲੈਕਚਰ ਵੀ ਕਰਦਾ, ਸਾਈਕਲਿੰਗ ਵੀ ਕਰਦਾ, ਐਟ ਦਾ ਪ੍ਰੈਜੈਂਟ ਮੈਂ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਡਿਪਾਰਟਮੈਂਟ 'ਚ ਜੋਬ ਵੀ ਕਰ ਰਿਹਾ, ਅਤੇ ਪੈਰਾ ਟਾਈਕਵਾਂਡੋ ਦਾ ਮੈਂ ਬਲੈਕ ਬੈਲਟ ਪਲੇਅਰ ਵੀ ਹਾਂ, ਅਤੇ ਸਾਈਕਲਿੰਗ ਦੇ ਵਿੱਚ ਇੰਟਰਨੈਸ਼ਨਲ ਪਲੇਅਰ ਹਾਂ, ਸੋ ਮੈਂ ਇੱਕ ਐਸ ਏ ਐਕਟਰ ਸੌਂਗ ਵੀ ਕਰ ਚੁੱਕਿਆ 2016 ਦੇ ਵਿੱਚ, ਬਸ਼ਿੰਦਾ ਸੌਂਗ ਹੈ, ਸੋ ਮਤਲਬ ਏਦਾਂ ਸਾਰੀਆਂ ਚੀਜ਼ਾਂ ਉਦੋਂ ਹੁੰਦੀਆਂ ਜਦੋਂ ਤੁਸੀਂ ਚੱਲਦੇ ਰਹਿੰਦੇ ਹੋ, ਬਹੁਤ ਸ਼ੁਕਰੀਆ, ਅਤੇ ਮੈਂ ਥੈਂਕਸ ਕਰਦਾ ਸਾਰਿਆਂ ਨੂੰ, ਧੰਨਵਾਦ ਤੁਹਾਡਾ ਕਿ ਅਸੀਂ ਤੁਹਾਡੇ ਤੋਂ ਇਹ ਪ੍ਰੇਰਨਾ ਲੈ ਰਹੇ ਹਾਂ ਕਿ ਕਿਤੇ ਵੀ ਰੁਕਣਾ ਨਹੀਂ,
ਜੇ ਪਾਣੀ ਰੁਕ ਜਾਵੇ ਫਿਰ ਉਹ ਗੰਧਲਾ ਹੋ ਜਾਂਦਾ, ਬਹਿੰਦੇ ਪਾਣੀ ਦਾ ਹੀ ਮੁੱਲ ਹੁੰਦਾ। ਸੋ ਜਿਸ ਤਰ੍ਹਾਂ ਦੇ ਕਲਾਕਾਰੀ ਦਾ ਕੋਈ ਮੁੱਲ ਨਹੀਂ ਪਾ ਸਕਦਾ, ਪਰ ਫਿਰ ਵੀ ਉਹਨੂੰ ਪਹਿਚਾਣੇਗਾ ਕੌਣ? ਜੇ ਤੁਸੀਂ ਹੀਰੇ ਨੂੰ ਆਲੂ ਵਾਲੇ ਨੂੰ ਵੇਚਣ ਜਾਓਗੇ ਤਾਂ ਉਹ ਬੋਰੀ ਆਲੂ ਹੀ ਮੁੱਲ ਲਾਊਗਾ ਉਹਦਾ ਵੱਧ ਤੋਂ ਵੱਧ, ਪਰ ਜੇ ਜੌਹਰੀ ਕੋਲ ਜਾਏਗਾ ਫਿਰ ਮੁੱਲ ਪੈਂਦਾ। ਸੋ ਬਹੁਤ ਸ਼ੁਕਰੀਆ। ਬਦਾਮਾਂ ਦਾ ਮੁੱਲ ਹੈ ਜਿਹੜਾ ਉਹ ਆਪਣਾ ਕੀ ਕਹਿੰਦੇ ਹੁੰਦੇ ਜਿਹੜੇ ਮਰੂਦਾਂ ਦੀ ਮੰਡੀ ਸੀ ਉਹਦੇ ਵਿੱਚ ਲੱਗਦਾ, ਉੱਥੇ ਨਹੀਂ ਮੁੱਲ ਲੱਗਦਾ। ਬਿਲਕੁਲ, ਸੋ ਮੈਂ ਆਪਣੇ ਆਪ ਨੂੰ ਜ਼ਰੂਰ ਬਿਲਕੁਲ ਮੈਂ ਹੁਣ ਸ਼ਿਵ ਕੁਮਾਰ ਸ਼ਰਮਾ ਜੀ ਕੰਨੀ ਆਉਣਾ ਚਾਹੁੰਦਾ। ਸ਼ਿਵ ਕੁਮਾਰ ਸ਼ਰਮਾ ਜੀ, ਜਿਵੇਂ ਗੱਲ ਹੋ ਰਹੀ ਹੈ ਚਾਹੇ ਉਹ ਨਵਜੋਤ ਜੀ ਦੇ ਹਵਾਲੇ ਨਾਲ ਹੋਈ ਜਾਂ ਜਗਵਿੰਦਰ ਜੀ ਦੇ ਹਵਾਲੇ ਨਾਲ ਹੋਈ, ਕਿ ਸਾਡੇ ਪੂਰੇ ਅਸੀਂ ਕਲਾਕਾਰੀ ਕੰਮ ਆਪਣੇ ਖੇਤਰ ਦਾ ਜਦੋਂ ਕਰਦੇ ਹਾਂ ਤਾਂ ਚੁਣੌਤੀਆਂ ਜ਼ਰੂਰ ਆਉਂਦੀਆਂ। ਜੇ ਹੁਣ ਖਾਮੀਆਂ ਨੇ ਇਸ ਮਸਲੇ 'ਤੇ ਸਾਡੇ ਵਾਲੇ ਪਾਸੇ ਨੇ, ਅਸੀਂ ਤਾਂ ਪੌੜੀਆਂ ਵੀ ਨਹੀਂ ਅਜੇ ਤੱਕ ਬਣਾ ਸਕੇ ਪੂਰੀਆਂ ਹੋ ਗਈਆਂ ਕਿ ਜਿੱਥੋਂ ਇਹ ਚੱਕਰ ਪਹੁੰਚਣਾ ਹੋਵੇ ਤਾਂ ਉਹ ਮੁਸ਼ਕਲ ਨਾ ਆਵੇ। ਪਰ ਤੁਸੀਂ ਜਦੋਂ ਇਹੋ ਜਿਹੇ ਮਸਲਿਆਂ ਲਈ ਸਮਾਜ ਤੌਰ 'ਤੇ ਲੜਦੇ ਹੋ, ਤੁਸੀਂ ਉਹਦੀ ਅਗਵਾਈ ਵੀ ਕਰਦੇ ਹੋ, ਤਾਂ ਕਿਹੋ ਜਿਹੇ ਦੌਰ ਦਾ ਸਾਹਮਣਾ ਕਰਨਾ ਪੈਂਦਾ, ਕਿਹੋ ਜਿਹੀਆਂ ਚੁਣੌਤੀਆਂ ਸਾਹਮਣੇ ਆਉਂਦੀਆਂ ਜਾਂ ਕਿਹੋ ਜਿਹਾ ਰਸੂਖ ਲੋਕਾਂ ਦਾ ਦੇਖਣ ਨੂੰ ਮਿਲਦਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਸਿਕਲੈਂਸ ਦਾ ਅਤੇ ਓਜਸਵੀ ਜੀ ਦਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਇਸ ਟੌਪਿਕ 'ਤੇ ਇੱਕ ਸੈਸ਼ਨ ਰੱਖਿਆ, ਕਿਉਂਕਿ ਇਸ ਟੌਪਿਕ 'ਤੇ ਗੱਲ ਕਰਨਾ ਲੋਕ ਸਿੰਪੈਥੀਕਲੀ ਤਾਂ ਕਰ ਲੈਂਦੇ ਹੈ, ਲੇਕਿਨ ਇੰਨੀ ਖੁੱਲ੍ਹ ਕੇ ਗੱਲ ਕਰਨਾ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੈ, ਅਤੇ ਸਿਕਲੈਂਸ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ। ਅਤੇ ਜਿਸ ਤਰ੍ਹਾਂ ਸਰ ਨੇ ਕਿਹਾ ਕਿ ਚੈਲੰਜਸ, ਸਭ ਤੋਂ ਵੱਡੀ ਗੱਲ ਹੈ ਕਿ ਐਕਸੈਪਟੈਂਸ। ਐਕਸੈਪਟੈਂਸ ਜਦ ਤੱਕ ਨਹੀਂ ਹੋਏਗੀ ਉਦੋਂ ਤੱਕ ਪ੍ਰੋਬਲਮ ਤਾਂ ਹੋਏਗੀ ਜੀ ਹੋਏਗੀ, ਕਿਉਂਕਿ ਚਾਹੇ ਉਹ ਪਰਿਵਾਰ ਦੀ ਐਕਸੈਪਟੈਂਸ ਹੈ, ਅਸੀਂ ਦੇਖਿਆ ਜੀ ਕਿ ਕਿਉਂਕਿ ਹਰ ਟਾਈਪ 'ਚ ਅਸੀਂ ਕੰਮ ਕਰ ਰਹੇ ਹਾਂ, ਫੈਮਿਲੀਜ਼ ਇੱਕ ਪਰਸਨਸ ਵਿਦ ਡਿਸੇਬਿਲਿਟੀਜ਼ ਨੂੰ ਐਕਸੈਪਟ ਕਰਨ 'ਚ ਬਹੁਤ ਟਾਈਮ ਲਾ ਦਿੰਦੇ ਨੇ, ਅਤੇ ਜਦ ਤੱਕ ਫੈਮਿਲੀ ਐਕਸੈਪਟ ਕਰਦੀ ਹੈ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ। ਬੱਚੇ ਨੂੰ ਅਸੀਂ ਇੱਕ ਐਸਾ ਕੇਸ ਵੀ ਦੇਖਿਆ ਸੀ ਸਰ ਹਿਮਾਚਲ ਦਾ, ਇੱਕ 8 ਸਾਲ ਦਾ ਬੱਚਾ, ਕਿਉਂਕਿ ਮੈਂ MA ਕਰ ਰਿਹਾ ਸੀ ਉਸ ਟਾਈਮ ਪੰਜਾਬ ਯੂਨੀਵਰਸਿਟੀ ਤੋਂ, ਮੈਂ ਹਿੰਦੀ ਲਿਟਰੇਚਰ ਤੋਂ MA ਕੀਤੀ ਹੈ, ਮੈਂ ਪਿੰਡ ਗਿਆ ਅਤੇ ਮੇਰੇ ਪਿੰਡ ਦੇ ਪ੍ਰਧਾਨ ਨੇ ਮੈਨੂੰ ਕਿਹਾ ਯਾਰ 3 ਪਿੰਡ ਛੱਡ ਕੇ ਨਾ ਇੱਕ ਬੱਚਾ ਹੈ ਉਹ ਬਲਾਇੰਡ ਹੈ, ਪਰ ਉਹਦੇ ਮਾਂ ਬਾਪ ਉਹਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੰਦੇ, ਅਤੇ ਵੀ ਤੁਸੀਂ ਉਹਨਾਂ ਦੀ ਕੁਛ ਹੈਲਪ ਕਰੋ, ਪਰ ਜੇ ਕੋਈ ਜਾਏ ਤਾਂ ਉਹਨੂੰ ਕਹਿੰਦੇ ਹੈ ਵੀ ਇੱਥੇ ਤਾਂ ਕੋਈ ਬਲਾਇੰਡ ਬੱਚਾ ਹੈ ਹੀ ਨਹੀਂ। ਅਸੀਂ ਸਰ ਪੁੱਛਦੇ ਪੁਛਾਉਂਦੇ ਉਹਨਾਂ ਦੇ ਘਰ ਪਹੁੰਚ ਗਏ, ਉੱਥੇ ਦੇ ਪਿੰਡ ਦੇ ਸਰਪੰਚ ਨੂੰ ਅਸੀਂ ਕੌਨਫੀਡੈਂਸ ਵਿੱਚ ਲਿਆ, ਨਾਲ ਦੇ SHO ਨੂੰ ਅਸੀਂ ਕੌਨਫੀਡੈਂਸ ਵਿੱਚ ਲਿਆ, ਅਤੇ ਅਸੀਂ ਕਿਹਾ ਜੀ ਅਸੀਂ ਕੁਛ ਕਰਨਾ ਨਹੀਂ, ਅਸੀਂ ਉਹਨਾਂ ਦੀ ਸਿਰਫ ਹੈਲਪ ਕਰਨੀ ਹੈ, ਉਹਨਾਂ ਦੀ ਕਾਉਂਸਲਿੰਗ ਕਰਨੀ ਹੈ। SHO ਨੂੰ ਅਸੀਂ ਕਿਹਾ ਕਿ ਤੁਸੀਂ ਸਿਵਲ ਡਰੈਸ ਸਾਡੇ ਨਾਲ ਚਲੋ, ਅਸੀਂ ਗੱਲ ਕਰਾਂਗੇ ਜਾ ਕੇ। ਉਹਨਾਂ ਨੇ ਸਰ ਟੋਟਲੀ ਰਿਫਿਊਜ਼ ਕਰਤਾ ਕਿ ਉਹਨਾਂ ਦੇ ਘਰ ਵਿੱਚ ਕੋਈ 8 ਸਾਲ ਦਾ ਕੋਈ ਬਲਾਇੰਡ ਬੱਚਾ ਹੈ, ਔਰ ਜਦ ਅਸੀਂ ਉਹਨਾਂ ਨੂੰ ਫੋਰਸ ਕਰਕੇ ਕਿਹਾ ਵੀ ਅਸੀਂ ਤੁਹਾਡੀ ਪੁਲਿਸ ਕੰਪਲੇਂਟ ਕਰਾਂਗੇ, ਸਾਡੇ ਕੋਲ ਪੂਰੀ ਰਿਪੋਰਟ ਹੈ, ਉਹਨਾਂ ਨੇ ਸਰ ਬੱਚੇ ਨੂੰ ਜਦ ਮਿਲਾਇਆ, ਉਹ ਬੱਚਾ ਐਸਾ ਸੀ ਕਿ ਰੂਮ ਦੇ ਅੰਦਰ ਹੀ 8 ਸਾਲ ਰਿਹਾ, ਜੁਆਇੰਟ ਲੈਟਰਿੰਗ ਬਾਥਰੂਮ ਦਾ ਨਾਲ ਹੀ ਹੈ, ਔਰ ਸਰ ਜਦ ਅਸੀਂ ਉਸ ਬੱਚੇ ਨੂੰ ਘਰ ਤੋਂ ਬਾਹਰ ਕੱਢਿਆ, ਉਸ ਬੱਚੇ ਨੂੰ ਸੂਰਜ ਦਾ ਸੇਕ ਦਾ ਨਹੀਂ ਪਤਾ ਵੀ ਕਿੱਦਾਂ ਦਾ ਹੁੰਦਾ, ਹਵਾ ਕਿੱਦਾਂ ਚੱਲਦੀ ਹੈ ਉਸ ਬੱਚੇ ਨੂੰ ਉਹ ਨਹੀਂ ਪਤਾ, ਅਤੇ ਇਹ ਦੇਖ ਲਓ ਜੀ ਕਿ ਜੋ ਚੀਜ਼ ਉਸ ਬੱਚੇ ਨਾਲ ਹੋਣੀ ਚਾਹੀਦੀ ਸੀ ਸ਼ੁਰੂ ਤੋਂ, ਪਰਿਵਾਰ ਜੇ ਐਕਸੈਪਟ ਕਰ ਲੈਂਦਾ ਅਤੇ ਅੱਜ ਉਹ ਵੀ ਸਾਡੇ ਵਾਂਗੂ ਕਿਤੇ ਅੱਛੀ ਜਗ੍ਹਾ 'ਤੇ ਹੁੰਦਾ, ਪੜ੍ਹ ਲਿਖ ਚੁੱਕਿਆ ਹੁੰਦਾ। ਅਤੇ ਐਕਸੈਪਟੈਂਸ ਬਹੁਤ ਜ਼ਰੂਰੀ ਹੈ ਫੈਮਿਲੀ ਦੀ ਵੀ, ਸੁਸਾਇਟੀ ਦੀ ਵੀ। ਅੱਜ ਤੁਸੀਂ ਸਾਡੇ ਸਾਰੇ ਸਾਹਮਣੇ ਬੈਠੇ ਹੋ, ਅਤੇ ਅਸੀਂ ਇਹੀ ਕਹਿੰਦੇ ਕਿ ਜਦ ਅਸੀਂ ਤੁਹਾਡੇ ਨਾਲ ਰਹਿ ਰਹੇ ਹਾਂ, ਪੜ੍ਹ ਰਹੇ ਹਾਂ, ਖੇਡ ਰਹੇ ਹਾਂ, ਅਤੇ ਹੀਣ ਭਾਵਨਾ ਨਾਲ ਨਾ ਦੇਖੋ, ਸਾਰਾ ਕੁਛ ਸਾਡੇ ਕੋਲ ਹੈ। ਸਿਰਫ ਡਿਸੇਬਿਲਿਟੀ ਕਿਆ ਹੈ? ਸਿਰਫ ਇੰਨਾ ਹੀ ਹੈ ਨਾ, ਕਿਸੇ ਨੂੰ ਸ਼ੂਗਰ ਹੈ, ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਸਾਨੂੰ ਬਲਾਈਂਡਨੈਸ ਹੈ, ਬਸ ਇੰਨਾ ਹੀ ਫਰਕ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈ। ਇੱਧਰ ਵਾਲੀਆਂ ਰਿਪੋਰਟਾਂ ਵੱਧ ਨੈਗੇਟਿਵ ਹੈ।
ਸੋ ਐਕਸੈਪਟੈਂਸ ਬਹੁਤ ਜ਼ਰੂਰੀ ਹੈ, ਚੈਲੇਂਜਸ ਬਹੁਤ ਆਉਂਦੇ ਹੈ। ਮੇਰੇ ਆਫਿਸ ਵਾਲੇ ਮੈਨੂੰ ਕਹਿੰਦੇ ਜੀ ਮੈਂ ਸਟੇਟ ਲੀਗਲ ਸਰਵਿਸ ਅਥਾਰਟੀ ਵਿੱਚ ਜੋਬ ਕਰਦਾ, ਅਤੇ ਜਦ ਮੇਰੀ ਵਾਲੀ ਪੋਸਟ ਨਿਕਲੀ ਸੀ, ਪਹਿਲੀ ਪੋਸਟ ਸੀ ਜਿਹੜੀ ਬਲਾਈਂਡ ਪਰਸਨ ਦੀ ਉੱਥੇ ਨਿਕਲੀ ਸੀ, ਅਤੇ ਜਦ ਉੱਥੇ ਪੋਸਟ ਨਿਕਲੀ ਤਾਂ ਦਫ਼ਤਰ ਵਾਲੇ ਕਹਿੰਦੇ ਸੀ ਯਾਰ ਕੀ ਬਲਾਈਂਡ ਬੰਦਾ ਰੱਖ ਰਿਹਾ, ਕੀ ਕਰੇਗਾ, ਉਹਦੀ ਸੀਟ ਦਾ ਕੰਮ ਵੀ ਸਾਨੂੰ ਕਰਨਾ ਪਏਗਾ। ਪਰ ਜਦ ਅੱਜ ਮੈਨੂੰ 7 ਸਾਲ ਹੋ ਗਏ ਜੀ, ਅੱਜ ਸਾਰੇ ਕਹਿੰਦੇ ਜੀ ਕਿ ਤੂੰ 4 ਸੀਟਾਂ ਦਾ ਕੰਮ ਇਕੱਲਾ ਹੀ ਸੰਭਾਲ ਰਿਹਾ, ਅਤੇ ਇਹ ਸਰ ਜਦ ਤੱਕ ਐਕਸੈਪਟੈਂਸ ਨਹੀਂ ਹੋਏਗੀ ਉਦੋਂ ਤੱਕ ਕੋਈ ਕੰਮ ਨਹੀਂ ਹੋਏਗਾ, ਮਨਜ਼ੂਰ ਨਹੀਂ ਹੋਏਗਾ ਜਦੋਂ ਤੱਕ ਪਰਿਵਾਰ ਤੋਂ ਲੈ ਕੇ ਸਮਾਜ ਤੱਕ ਜਦੋਂ ਤੱਕ ਅਸੀਂ ਇਸ ਨੂੰ ਮਨਜ਼ੂਰ ਨਹੀਂ ਕਰਾਂਗੇ। ਇਹ ਚੁਣੌਤੀ ਇਹ ਆ, ਪਰ ਇਹ ਕਾਨੂੰਨੀ ਤੌਰ 'ਤੇ ਵੀ ਕੋਈ ਮੁਸ਼ਕਲ ਆਉਂਦੀਆਂ, ਮੈਂ ਜਾਣਨਾ ਚਾਹਾਂਗਾ ਚੇਤਨਿਆ ਜੀ ਹੋਰਾਂ ਤੋਂ, ਚੇਤਨਿਆ ਮੁਕੰਦੋਰੀ ਜੀ ਸਾਡੇ ਨਾਲ ਨੇ ਜਿਹੜੇ ਇਸ ਸਮੇਂ ਫੋਲੋਸ਼ਿਪ ਕਰ ਰਹੇ ਨੇ, ਵਕਾਲਤ ਨਾਲ ਤਿਆਰੀ ਕਰ ਰਹੇ ਨੇ, ਇਹਨਾਂ ਮਸਲਿਆਂ ਲਈ ਯੂਜ਼ ਵੀ ਰਹੇ ਨੇ। ਉਹ ਸਮਾਜ ਦੇ ਵਿੱਚ ਜਿਹੜੀ ਲੜਾਈ ਸਾਨੂੰ ਲੜਨੀ ਚਾਹੀਦੀ ਸੀ, ਉਹ ਚੇਤਨਿਆ ਮੁਕੰਦ ਵਰਗੀਆਂ ਧਿਰਾਂ ਜਾਂ ਸ਼ਿਵ ਸ਼ਰਮਾ ਵਰਗੇ ਜਾਂ ਇਹ ਸਾਰੀਆਂ ਧਿਰਾਂ ਲੜ ਰਹੀਆਂ ਨੇ। ਸੋ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਕਿ ਲੜਾਈ ਕਿਸ ਦੀ ਹੈ ਅਤੇ ਕਿਵੇਂ ਲੜਨੀ ਪੈਂਦੀ ਹੈ। ਕਾਨੂੰਨ ਦੇ ਵਿੱਚ ਕਹਿੰਦੇ ਕੋਈ ਖਾਸੇ ਪਚੀਦੇ ਮਸਲੇ ਪਏ ਨੇ ਕਿ ਜੇਕਰ ਕਿਸੇ ਨਾਲ ਸੱਟ ਪੇਟ ਲੱਗ ਜਾਵੇ ਤਾਂ ਜਿਹੜੀ ਸ਼ਿਕਾਇਤ ਕਰਤਾ ਉਸ ਨੂੰ ਨਹੀਂ ਪੁੱਛਿਆ ਜਾਂਦਾ ਕਿ ਹਾਂ ਤੈਨੂੰ ਕੋਈ ਦਿੱਕਤ ਤਾਂ ਨਹੀਂ, ਜਿਹਦੇ ਪ੍ਰਤੀ ਸ਼ਿਕਾਇਤ ਆ ਉਹਦੀਆਂ ਸਾਰਾ ਧਿਆਨ ਰੱਖਿਆ ਜਾਂਦਾ ਕਿ ਕੀ ਹੈ ਸਾਰਾ ਮਸਲਾ। ਸੋ ਥੈਂਕ ਯੂ ਸੋ ਮਚ ਸਬਸੇ ਪਹਿਲੇ ਸਿੱਖ ਲੇਨਸ ਕੋ ਔਰ ਜਸਵੀ ਭਾਈ ਕੋ ਕਿ ਉਹਨੇ ਮੁਝੇ ਚਾਂਸ ਦਿਆ। ਸਬਸੇ ਪਹਿਲੇ ਅਗਰ ਮੈਂ ਕਾਨੂੰਨ ਕੀ ਬਾਤ ਕਰੂੰ, ਕਾਨੂੰਨ ਸੇ ਪਹਿਲੇ ਮੈਂ ਜੋ ਸ਼ਿਵ ਭਾਈ ਨੇ ਬੋਲਾ ਕਿ ਅਸੈਪਟੈਂਸ, ਹਮ ਅਸੈਪਟੈਂਸ ਕੀ ਬਾਤ ਕਰਤੇ, ਹਮ ਇਨਕਲੂਜਨ ਕੀ ਬਾਤ ਕਰਤੇ, ਹਮ ਐਕਸੈਸਿਬਿਲਿਟੀ ਕੀ ਬਾਤ ਕਰਤੇ, ਪਰ ਹਮ ਇਹ ਬਾਤ ਨਹੀਂ ਕਰਤੇ ਕਿ ਵੋ ਹਮਾਰੇ ਅੰਦਰ ਕਿਉਂ ਨਹੀਂ ਹੈ, ਹਮ ਕਿਉਂ ਇਤਨੇ ਮਤਲਬ ਐਕਸੈਸਿਬਿਲਿਟੀ ਕੇ ਬਾਰੇ ਮੈਂ ਬਾਤ ਕਰਨੇ ਸੇ ਝਿਜਕਤੇ ਹੈ। ਅਗਰ ਹਮ ਐਕਸੈਸਿਬਿਲਿਟੀ ਕੇ ਬਾਰੇ ਮੈਂ ਬਾਤ ਵੀ ਕਰਤੇ ਹੈ ਤੋ ਕਿਉਂ ਹਮ ਰੈਂਪ ਨਹੀਂ ਬਣਾਤੇ, ਕਿਉਂ ਅਬ ਆਜ ਵੀ ਗਵਰਨਮੈਂਟ ਬਿਲਡਿੰਗਸ ਕੋ ਕਹਾ ਗਿਆ ਹੈ ਕਿ ਗਵਰਨਮੈਂਟ ਬਿਲਡਿੰਗਸ ਐਕਸੈਸਿਬਲ ਹੋਣੀ ਚਾਹੀਏ, ਬਟ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਹਮਾਰਾ ਇੱਕ ਏਬਲਿਸਟ ਮਾਇੰਡ ਸੈਟ ਹੈ। ਤੋ ਮੈਂ ਇਹ ਹਮੇਸ਼ਾ ਕਹਿ ਦੋ ਕਿ ਹਮ ਇੱਕ ਏਬਲਿਸਟ ਦੁਨੀਆ ਮੈਂ ਰਹਿਤੇ ਹੈ, ਇੱਕ ਐਸੀ ਦੁਨੀਆ ਮੈਂ, ਕਿਉਂਕਿ ਹਮਨੇ ਇੱਕ ਇੰਗਲਿਸ਼ ਮਾਇੰਡ ਸੈਟ ਬਣਾ ਰੱਖਾ ਹੈ ਕਿ ਜਿਸਮੇ ਕਿ ਹਮ ਆਪਣੇ ਆਪ ਕੋ ਸੁਪਰ ਹਿਊਮਨ ਸਮਝਤੇ, ਹਮ ਆਪਣੇ ਆਪ ਕੋ ਸਮਝਤੇ ਕਿ ਹਾਂ ਹਮ ਤੋ ਸਬਸੇ ਇਮਿਊਨ ਹੈ, ਹਮ ਡਿਸੇਬਿਲਿਟੀ ਸੇ ਇਮਿਊਨ ਹੈ, ਹਮ ਕਿਸੀ ਵੀ ਤਰ੍ਹਾਂ ਕੀ ਇਲਨੈਸ ਸੇ ਇਮਿਊਨ ਹੈ, ਹਮ ਸਭ ਚੀਜ਼ੋ ਸੇ ਇਮਿਊਨ ਹੈ, ਹਮ ਕਭੀ ਬੂੜੇ ਨਹੀਂ ਹੋਗੇ, ਹਮੇ ਕਭੀ ਵ੍ਹੀਲਚੇਅਰ ਕੀ ਜ਼ਰੂਰਤ, ਕਭੀ ਵਾਕਰ ਕੀ ਜ਼ਰੂਰਤ, ਕਭੀ ਇਹ ਸਟਿਕਸ ਕੀ ਜ਼ਰੂਰਤ, ਕੁਛ ਨਹੀਂ ਪੜੇਗੀ। ਤੋ ਇਸ ਲਈ ਜੋ ਹਮਾਰਾ ਇਹ ਐਕਸੈਸਿਬਿਲਿਟੀ ਕੇ ਉੱਪਰ ਡਿਸਕਸ਼ਨ ਹੋਤਾ ਹੈ, ਇਨਕਲੂਸਿਵਨੈਸ ਕੇ ਉੱਪਰ ਡਿਸਕਸ਼ਨ ਹੋਤਾ ਹੈ, ਯੂਨੀਵਰਸਲ ਡਿਜ਼ਾਈਨ ਕੇ ਉੱਪਰ ਡਿਸਕਸ਼ਨ ਹੋਤਾ ਹੈ, ਇਹ ਸਭ ਬੇਕਾਰ ਕੀ ਬਾਤ ਹੈ, ਹਮ ਇਹ ਸੋਚਤੇ। ਬਟ ਹਮ ਇਹ ਨਹੀਂ ਸੋਚਤੇ ਕਿ ਕਿਸੀ ਨਾ ਕਿਸੀ ਦਿਨ ਅਗਰ ਭਗਵਾਨ ਮਤਲਬ ਹਮ ਇਹੀ ਕਹਿਤੇ ਨਾ ਕਿ ਅਗਰ ਕੋਈ ਬੰਦਾ ਜ਼ਰੂਰਤ ਸੇ ਜ਼ਿਆਦਾ ਜੀ ਲਿਆ ਤੋ ਇੱਕ ਨਾ ਇੱਕ ਦਿਨ ਡਿਸੇਬਲਡ ਹੋ ਗਏ, ਹੈ ਨਾ? ਤੋ ਹਮ ਇਹ ਨਹੀਂ ਸਮਝਤੇ ਕਿ ਇਹ ਸਭ ਜੋ ਬਾਤੇਂ ਹੈ ਇਹ ਸਿਰਫ ਇੱਕ ਸੈਕਸ਼ਨ ਆਫ ਸੋਸਾਇਟੀ ਕੇ ਲਈ ਨਹੀਂ, ਇੱਕ ਸੈਕਸ਼ਨ ਆਫ ਕਮਿਊਨਿਟੀ ਕੇ ਲਈ ਨਹੀਂ ਹੈ, ਹਮ ਸਭ ਕੇ ਲਈ ਹੈ। ਤੋ ਹਮੇ ਇਹ ਸਭ ਸਮਝਣਾ ਬਹੁਤ ਜ਼ਰੂਰੀ ਹੈ, ਤਭੀ ਹਮਾਰੇ ਅੰਦਰ ਜਬ ਤੱਕ ਹਮਾਰਾ ਇਨਕਲੂਸਿਵ ਮਾਇੰਡ ਸੈਟ ਨਹੀਂ ਹੋਗਾ, ਜਬ ਤੱਕ ਹਮ ਯਹਾਂ ਸੇ ਨਹੀਂ ਸੋਚੇਂਗੇ, ਤਬ ਤੱਕ ਹਮ ਕੈਸੇ ਐਕਸਪੈਕਟ ਕਰ ਸਕਤੇ ਹੈ ਕਿ ਹਾਂ ਭਈ ਹਮਾਰਾ ਮਤਲਬ ਐਕਸੈਸਿਬਿਲਿਟੀ ਹੋ ਜਾਏਗੀ, ਹਮ ਲੋਕ ਐਕਸੈਪਟ ਕਰ ਲੇਂਗੇ, ਮਤਲਬ ਹਮ ਲੋਕ ਸੁਗਮਯ ਭਾਰਤ ਅਭਿਆਨ ਪੇਪਰਸ ਮੈਂ ਹੈ ਬਟ ਰਿਐਲਿਟੀ ਮੈਂ ਨਹੀਂ ਹੈ। ਉਹ ਸੁਗਮਯ ਭਾਰਤ ਤਭੀ ਹੋਗਾ ਜਬ ਹਮ ਸਮਾਵੇਸ਼ੀ ਭਾਰਤ ਯਾਨੀ ਇਨਕਲੂਸਿਵ ਭਾਰਤ ਬਣੇਗੇ ਤਬ ਹੋਗਾ। ਔਰ ਜਹਾਂ ਤੱਕ ਕੀ ਬਾਤ ਹੈ ਕਾਨੂੰਨ ਮੈਂ ਕਹਾ ਕਿਆ ਕਹਾ ਗਿਆ, ਤੋ ਕਾਨੂੰਨ ਮੈਂ ਕਾਫੀ ਜ਼ਿਆਦਾ ਮਤਲਬ ਲੂਪ ਹੋਲਸ ਹੈ, ਬਹੁਤ ਜ਼ਿਆਦਾ ਲੂਪ ਹੋਲਸ ਹੈ। ਅਬ ਜੈਸੇ ਸ਼ਿਵ ਭਾਈ ਨੇ ਬਤਾਏ ਵੋ ਜੋ ਇੰਸੀਡੈਂਟ ਬਲਾਈਂਡ ਬੱਚੇ ਕਾ, ਤੋ
इसको कहते हैं डिसेबिलिटी अब्यूज, शोषण हो रहा है। तो इस शोषण के प्रति जो है इंडिया में डाटा ही नहीं है। अगर आप नेशनल लेवल पे जो NCRB होता है, नेशनल रिकॉर्ड ब्यूरो ऑफ इंडिया, उसके पास डाटा ही नहीं है डिसेबल्ड लोगों के ऊपर। अगर डाटा है भी तो बहुत ही मिनिमम है। आप उसको मतलब डाटा को एनालाइज करने के लिए आपको पूरा सिस्टम चाहिए, वो है ही नहीं। और यहाँ तक कि जो FIR होता है, FIR जब हम रिपोर्ट कराने जाते हैं पुलिस में किसी ऐसे इंसिडेंट का, उसमें जो है कोई कॉलम ही नहीं है मतलब FIR को दर्ज करने के लिए। जैसे FIR में कॉलम होते हैं, जैसे नाम का होता है, स्थान का होता है, एड्रेस का होता है, सब चीजों का कॉलम होता है, बट डिसेबिलिटी मेंशन करने का कि जो विक्टिम है उसको डिसेबिलिटी है या नहीं, उसके बारे में तो बात ही नहीं होती। और सबसे इंटरेस्टिंग बात यह है कि विक्टिम की डिसेबिलिटी का कॉलम नहीं है, लेकिन जो अपराधी है, जो क्रिमिनल है, उसकी डिसेबिलिटी पूछी जाती है। क्यों? क्योंकि हम कोई छोटी से छोटी उनकी कुछ माइन्यूट डिटेल मिस नहीं कर सकते। जब उनकी डिटेल आप मिस नहीं कर सकते तो हाँ, विक्टिम की क्यों नहीं कर सकते, क्यों की जाती है? तो ये बहुत ज्यादा लूप होल्स हैं जिसके ऊपर हमें काम करना चाहिए और सेंसिटाइजेशन होनी चाहिए। बहुत शुक्रिया जी, बिल्कुल ये जी करता है सेशन लंबा चलाइए पर समाहत जिन्नी सानू दित्ती गई सी उहने च आपां गल कीती आ। सो पर एक गल इहदे विचों जिहड़ी खास निकल के आई है, उह गल है कि मंजूर करना। सो असीं इस पासे नूं मंजूर तां की करना, असीं आपणे आप नूं मंजूर नहीं कर रहे, जिहड़ी गल चतन्या कर रहा, असीं तां इह वी मंजूर नहीं कर रहे कि असीं वी कदे बजुर्ग होणा, असीं वी कदे इस दौर असां उह वी मंजूर करन लई तैयार नहीं कि जां असीं मरना है कदे, असीं इह वी मंजूर करन लई तैयार नहीं। सो सवाल मंजूरी दा है, चाहे उह इमारतां दे पक्खों होवे, चाहे उह परिवारां पक्खों होवे, चाहे उह समाज पक्खों होवे, ते चाहे उह कानून पक्खों होवे। बहुत कुछ अजे करना बाकी है ते इस दी चर्चा नूं बरकरार रखना भी बहुत अजे बाकी है। पर मैं धन्नवाद करांगा सिख रेंज दा और शर्मा जी होरां जिन्हां ने उदम कीता और पहले दो सैशन के नाल नाल मैनूं इह खास सैशन चलाउण दा मौका बख्शिया। बहुत शुक्रिया तुहाडा मनजोत जी, शिव कुमार शर्मा जी, चतन्या मुकंद जी और जंग जगविंदर सिंह जी। सो बहुत शुक्रिया, बहुत शुक्रिया। थैंक यू सो मच फॉर दिस लवली सेशन। आई बिलीव वी ऑल आर ट्रूली डिलाइटेड टू हैव यू टुडे। मैं ये बताना चाहूंगा कि सुपर थी हमारे फाइनल क्लस्टर में आप जरूर देखेंगे जिसमें जगविंदर की जीत हुई है। ये क्राउड को हैविंग फंडा साथ ही मैं शेयर करूंगा कि चैतन्य की रिसर्च और चैतन्य की रिसर्च पर भी एक फिल्म बनने जा रही है और चैतन्य एक फिल्म में अभिनय भी करने जा रहा है। जो करना फिल्म देखेंगे थोड़ी और फिटनेस 2022 की जो हाइलाइट्स हैं उसका म्यूजिक नवजोत ने कंपोज किया। That was done by the musical eyes, जिसमें शिव, नवजोत और अमरिंदर इसके जो लिरिसिस्ट उन्होंने परफॉर्म किया।